ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਦਬਰੀਖਾਨਾ। ਅੱਜ ਇੱਕ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਲਈ ਲੈ ਕੇ ਆਇਆ। ਦੋਸਤੋ, ਮੇਰੇ ਨਾਲ ਮੌਜੂਦ ਨੇ ਜਗਵਿੰਦਰ ਸਿੰਘ ਕਲਿਆਣ, ਮੇਰੇ ਨੌਜਵਾਨ ਕਿਸਾਨ ਭਰਾ, ਪਿੰਡ ਕਲਿਆਣ ਮਲਕੀ। ਇਹਨਾਂ ਨੇ ਕਣਕ ਦੀ ਇੱਕ ਵਰਾਇਟੀ ਹੈਗੀ ਹੈ ਜਿਹੜੀ 3086, ਉਹਦੇ ਵਿੱਚੋਂ ਇਹਨਾਂ ਨੂੰ ਇੱਕ ਪਿਛਲੇ ਸਾਲ ਵੱਖਰਾ ਬੂਟਾ ਮਿਲਿਆ ਅਤੇ ਉਸ ਬੂਟੇ ਦਾ ਇਹਨਾਂ ਨੇ ਵੱਖਰਾ ਹੀ ਬੀਜ ਪਕਾਇਆ ਅਤੇ ਉਸ ਬੂਟੇ ਤੋਂ ਜਿਹੜਾ ਇਹਨਾਂ ਨੂੰ ਇੱਕ ਮੁੱਠੀ ਬੀਜ ਪ੍ਰਾਪਤ ਹੋਇਆ, ਉਸ ਬੀਜ ਦੇ ਨਾਲ ਇਹਨਾਂ ਨੇ ਲਗਭਗ 5 ਮਰਲੇ ਜਗ੍ਹਾ ਦੇ ਵਿੱਚ, 3-4 ਹੋਣਗੇ, 3-5 ਮਰਲੇ ਜਗ੍ਹਾ ਦੇ ਵਿੱਚ ਜਿਹੜਾ ਹੈਗਾ ਕਣਕ ਦੀ ਬਿਜਾਈ ਕਰਤੀ ਨਵਾਂ ਬੀਜ ਬਣਾਉਣ ਦੇ ਮਕਸਦ ਨਾਲ। ਅਤੇ ਉਹ ਬੀਜ ਕਿਸ ਪ੍ਰਕਾਰ ਦਾ ਨਜ਼ਰ ਆ ਰਿਹਾ ਉਹ ਆਪਾਂ ਤੁਹਾਡੇ ਨਾਲ ਸਾਂਝ ਪਾਉਣੀ ਹੈ। ਅਤੇ ਇਸ ਵੀਡੀਓ ਦੇ ਮਾਧਿਅਮ ਨਾਲ ਅਸੀਂ ਇਹ ਵੀ ਚਾਹਵਾਂਗੇ ਕਿ ਤੁਸੀਂ ਵੀ ਇਹ ਜਿਹੜਾ ਹੈਗਾ ਧਿਆਨ 'ਚ ਰੱਖੋ ਕਿ ਇਸ ਤਰ੍ਹਾਂ ਜੇ ਇਹ ਕਰ ਸਕਦੇ ਆ ਤਾਂ ਤੁਹਾਨੂੰ ਵੀ ਅਜਿਹਾ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ। ਸੋ ਭਾਅ ਜੀ, ਕੀ ਕਹਿਣਾ ਚਾਹੋਗੇ? ਇਹਦਾ ਜੀ ਆਪਾਂ ਨੂੰ ਤਾਂ ਐਂ ਲੱਗਿਆ ਜੀ ਫਰਕ, ਮੱਖਣਾਂ ਤਾਂ ਚੱਲ ਦੂਜੀ ਕਣਕ ਦੀਆਂ ਵੀ ਐਵਰੇਜ 18-19 ਪੈਂਦੀ ਹੈ, ਵੀ ਚੰਗੀ ਬੱਲੀ ਦੀ 20 ਦੀ ਐਵਰੇਜ ਪੈਂਦੀ ਹੈ। ਇਹਦੀ 20 ਦੀ ਐਵਰੇਜ ਤਾਂ 20-21 ਦੀ ਹਰੇਕ ਦੀ ਆ, ਕਿਸੇ ਦਾ ਵੱਧ ਵੀ ਹੈ ਮੱਖਣਾਂ। ਅਤੇ ਬਾਕੀ ਇਹਦੀ ਜਿਹੜੀ ਖਾਸੀਅਤ ਆ, ਦੂਜੇ 'ਚ 4 ਦਾਣੇ ਪੈਂਦੇ ਰੇਡ ਰੋਡ ਮੱਖੀ 'ਚ ਜੀ, ਇਹਦੇ 5 ਤਾਂ ਜੀ ਹਰੇਕ 'ਚ ਹੀ ਆ, ਹਰੇਕ 'ਚ ਕਿਸੇ ਕਿਸੇ ਦੇ 6 ਵੀ ਆ, ਦੇਖ ਲਓ ਇਹਦੇ 6 ਦਾਣੇ ਪਏ ਹੋਏ ਆ ਜੀ, 1-2-3-4-5 ਅਤੇ 6 ਦੇ ਬਣੀਆਂ ਨੇ ਵੀ 6 ਰੇਜ ਆ, 1-288 ਇਹਦੀ ਨਹੀਂ ਠੀਕ ਹੈ, ਇੱਕ ਸੀਰ ਪੂਰਾ ਮੋਟਾ ਦੂਜੇ ਨੂੰ ਜੀ, ਅਤੇ ਰੰਗ ਪੂਰਾ ਕਾਲਾ ਰਹਿੰਦਾ, ਪੂਰਾ ਕਾਲਾ ਸ਼ਾਹ ਦਿਖੀ ਜਾਂਦਾ ਦੂਜੇ ਨਾਲ, 3-86 ਵੀ ਇੱਧਰ ਆ, ਆਹ ਪਿੱਛੇ ਵੀ 3-86 ਆ ਜੀ, ਸੰਘਣੀ ਆੜੀ। ਅੱਛਾ, ਜਦੋਂ ਤੁਹਾਨੂੰ ਉਹ ਬੂਝਾ ਮਿਲਿਆ ਸੀ ਤਾਂ ਤੁਹਾਡੇ ਮਨ 'ਚ ਕੀ ਆਇਆ ਵੀ ਇਹਨੂੰ ਰੱਖ ਲਿਆ? ਅਤੇ ਦੂਜੇ ਨੂੰ ਦਿਸੀ ਲੈਦਾ, ਇਹਨਾਂ ਕਸੀਰ ਬਹੁਤ ਮੋਟੇ ਸੀਗੇ ਜੀ ਜੀ, ਰੰਗ ਬੂਝੇ ਤਾਂ ਪਹਿਲਾਂ ਤੋਂ ਕਾਲਾ ਦਿਖਿਆ, ਮੇਰੇ ਧਿਆਨ 'ਚ ਤਾਂ ਪਹਿਲਾਂ ਸੀਗਾ, ਮਤਲਬ ਪੱਕ ਲੈਣ ਦੇ ਪੱਕੇ ਤੋਂ ਪਰ ਕੋਈ ਦਾਣੇ ਆਹ ਭੋਰ ਕੇ ਦੇਖੇ ਬੱਲਾਂ, 3-86 ਨਾਲ ਲਵਾਈ 19 ਸੀ ਅਤੇ ਦਾਣਾ ਮੋਟਾ ਸੀ ਉਦੋਂ। ਅੱਛਾ, ਦਾਣਾ ਵੀ ਮੋਟਾ, ਦਾਣੇ ਵੱਧ ਪੈਂਦੇ ਆ, ਬਾਕੀ ਬੱਲੀ ਡੋਸੀ ਜ਼ਿਆਦਾ ਮੋਟੀ ਆ ਦੂਜੀ ਨਾਲ, ਉਹਦੀਆਂ ਨਾਲੀਆਂ ਦੂਜੇ ਨਾਲੋਂ ਜ਼ਿਆਦਾ ਸੀ। ਹਾਂ, ਦੂਜੇ ਨਾਲੋਂ ਜ਼ਿਆਦਾ। ਸੋ ਦੋਸਤੋ, ਆਪਾਂ ਇੱਕ ਬੂਝਾ ਹੈ, ਬਾਕੀ 3-86 ਵੀ ਇਧਰ ਇਕੱਲੇ ਬੂਝਾ ਖੜਾ ਉਹਦਾ, ਹਾਂ ਇਕੱਲਾ ਬੂਝਾ, ਹਾਂ ਇੱਕ ਆ ਜੀ, ਡਰਨ ਨਹੀਂ ਵੀ ਜ਼ਰੂਰੀ ਇਕੱਲੇ ਜੀ, ਇਹ ਇਕੱਲਾ ਬੂਝਾ ਹੈਗਾ ਕਿ ਆਪਾਂ ਇਹਦੀਆਂ ਨਾਲੀਆਂ ਗਿਣਨ ਦੀ ਕੋਸ਼ਿਸ਼ ਕਰਦੇ ਹਾਂ। ਹੱਥ ਡਰਨ ਵੀ ਜ਼ਿਆਦਾ, 1-2-3-4-5-6-7-8-9-10-11-12-13-14-15-16-17-18-19-21-22-23-24-25-26-27-28-39-30-31-32-33-34-35-36-37-38-39-45-46-47-48-49-50 ਇਸੇ ਤਰ੍ਹਾਂ ਦੀ ਹੀ ਨਜ਼ਰ ਆ ਰਹੀ ਹੈ, ਤੁਸੀਂ ਵੀਡੀਓ ਦੇ ਵਿੱਚ ਦੇਖ ਪਾ ਰਹੇ ਹੋ। ਇਹ ਜਿਹੜੀ ਕਣਕ ਹੈਗੀ ਆ ਇਹਦਾ ਜਿਹੜਾ ਕੱਦ ਆ ਇਹ 3086 ਨਾਲੋਂ ਛੋਟਾ, ਰੰਗ 3086 ਨਾਲੋਂ ਕਾਲਾ ਅਤੇ ਬੂਝਾ ਵੀ ਇਹ 3086 ਨਾਲੋਂ ਜ਼ਿਆਦਾ ਮਾਰਦੀ ਪਈ ਆ, ਤਾਂ ਇਹਦਾ ਮਤਲਬ ਹੈਗਾ ਕਿ ਇਹ ਇੱਕ ਨਵੀਂ ਵਰਾਇਟੀ ਹੈ। ਤਾਂ ਇਹ ਚਾਹੇ ਵਿਗੜ ਕੇ ਬਣੀ ਹੋਵੇ ਚਾਹੇ ਸੁਧਰ ਕੇ ਬਣੀ ਹੋਵੇ, ਪਰ ਕਿਸਾਨ ਦੇ ਪੱਖ ਤੋਂ ਦੇਖੀਏ ਤਾਂ ਇਹ ਵਰਾਇਟੀ ਜਿਹੜੀ ਹੈਗੀ ਆ ਬਹੁਤ ਵਧੀਆ ਹੈਗੀ ਆ। ਬਾਕੀ ਆਪਾਂ ਨੂੰ ਗਾਹਾਂ ਪਤਾ ਲੱਗ ਜੂਗਾ, ਇੱਕ ਚੀਜ਼ ਹੋਰ ਆ ਵੀ ਉਹਦੇ ਵਿੱਚ ਕਿਤੇ ਕਿਤੇ ਪੀਲੀ ਕੂੰਗੀ ਨਜ਼ਰ ਆ ਰਹੀ ਹੈ, ਇਹਦੇ 'ਚ ਫੰਗਸ ਹੈ, ਇਹਦੇ 'ਚ ਫੰਗਸ ਹੈ ਨਹੀਂ। ਤਾਂ ਇਹਦੇ ਪਾਲਣ ਪੋਸ਼ਣ ਦੇ ਵਿੱਚ ਕੀ ਕੀਤਾ ਹੁਣ ਤੱਕ? ਉਹਦੇ ਬਰਾਬਰ ਹੀ ਆ, ਬਸ ਉਹ ਇੰਨਾ ਕੁ ਮੱਥਾ ਛੱਡ ਲਿਆ ਸੀ ਵੀ ਕਿ ਮੈਂ ਡਰਨਾ ਕਰ ਦਾਂਗੇ, ਉਹਦੇ ਨਾਲ ਥੋੜ੍ਹੀ ਜਿਹੀ ਛੇਤੀ ਆ, ਆਪਾਂ 5-4 ਮਗਰੋਂ ਵੀ ਆ। ਬਾਕੀ ਜਿਹੜਾ ਮੱਥਾ ਦਿਖੀ ਜਾਂਦਾ ਮੱਥਾ ਕਰਕੇ ਇਹ ਥਾਂ ਡੂੰਘਾ, ਇਹਦੇ 'ਚ ਐਰ ਪਾਣੀ ਵੱਧ ਖੜਦਾ, ਪਾਣੀ ਵੱਧ ਖੜਨ ਦੇ ਬਾਵਜੂਦ ਵੀ ਪੀਲੀ ਨਹੀਂ ਪਈ, ਕਾਲੀ ਆ ਉਹਦੇ ਨੂੰ ਜੀ। ਸੋ ਦੋਸਤੋ, ਆਪਾਂ ਗਾਹਾਂ ਪਤਾ ਲੱਗ ਜੂ ਵੀ ਜੇ 9-10 ਕਿਲੋ ਵੀ ਬਣ ਗਏ, 2 ਕਨਾਲਾਂ ਦਾ ਬਣ ਜੂ, 40 ਕਿਲੋ ਦੇ ਹਿਸਾਬ ਨਾਲ ਗਾਂ ਨੂੰ ਆਪਾਂ ਝਾੜ ਕੱਢ ਲਾਂਗੇ ਮਿਣਕੇ ਥਾਂ 2 ਕਿਲੋ ਨਾ, ਆਹ 2 ਕਨਾਲਾਂ ਦਾ ਕੀ ਐਵਰੇਜ ਪਾਉਂਦੀ ਹੈ। ਠੀਕ ਹੈ। ਸੋ ਦੋਸਤੋ, ਸਾਨੂੰ ਲੱਗਦਾ ਕਿ ਇਸ ਏਰੀਏ ਦੇ ਵਿੱਚੋਂ 3-5 ਮਰਲੇ ਥਾਂ ਇਹਦੇ ਵਿੱਚੋਂ ਅਸੀਂ 10 ਕਿਲੋ ਕਣਕ ਕੱਢ ਲਾਂਗੇ ਮੋਟੇ ਤੌਰ 'ਤੇ, 10-15 ਕਿੰਨੀ ਹੋ, ਜਿੰਨੀ ਵੀ ਹੋਏਗੀ ਉਹਦੇ ਤੋਂ ਅਸੀਂ ਫਿਰ ਅੱਗੇ 1-2 ਕਿੱਲੇ SRI ਤਕਨੀਕ ਨਾਲ ਲਾਵਾਂਗੇ, ਅਤੇ ਉਹ SRI ਤਕਨੀਕ ਨਾਲ ਲਾਉਣ ਤੋਂ ਬਾਅਦ ਇਹ ਕਿੰਨਾ ਝਾੜ ਦਿੰਦੀ ਹੈ ਉਹ ਵੀ ਦੱਸਾਂਗੇ, ਅਤੇ ਬਿਨਾਂ SRI ਤੋਂ ਲਾਉਣ ਨਾਲ ਬਾਅਦ ਕਿੰਨਾ ਝਾੜ ਦਿੰਦੀ ਹੈ ਉਹ ਵੀ ਦੱਸਾਂਗੇ।
ਅਤੇ ਕੁੱਲ ਮਿਲਾ ਕੇ ਇੱਕ ਵਰਾਇਟੀ ਜਿਹੜੀ ਹੈਗੀ ਆ ਉਹ ਨਵੀਂ ਐਡ ਹੋ ਜਾਏਗੀ ਜਗਵਿੰਦਰ ਕਲਿਆਣ ਦੇ ਨਾਂ 'ਤੇ ਜਾਂ ਇਹਦੇ ਦਾਦਾ ਜੀ ਦੇ ਨਾਂ 'ਤੇ। ਅਤੇ ਤੁਸੀਂ ਵੀ ਇਹਨਾਂ ਤੋਂ ਲਓ ਪ੍ਰੇਰਨਾ, ਜੇ ਇਹ ਇੱਦਾਂ ਕਰ ਸਕਦੇ ਆ ਤਾਂ ਸਾਨੂੰ ਸਾਰਿਆਂ ਨੂੰ ਕਰ ਲੈਣਾ ਚਾਹੀਦਾ। ਸੋ ਅੱਜ ਲਈ ਇੰਨਾ ਹੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਬੈੱਲ ਆਈਕੋਨ 'ਤੇ ਕਰ ਦਿਓ ਕਲਿੱਕ, ਅਤੇ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਅਤੇ ਰਿਕਮੈਂਡ ਜ਼ਰੂਰ ਕਰਿਓ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।